ਇੱਥੇ ਨੂਰਪੁਰ ਕੈਂਪ ਸੀ, ਇੱਥੇ ਬੱਬੇ ਟੁੱਕੇ ਹਮਲਾ ਹੋ ਗਿਆ, ਇੱਥੋਂ ਦੀਆਂ ਕੁੜੀਆਂ ਫਿਰ ਲੁੱਟ ਖੋਹ ਤੋਂ ਨੱਠ ਕੇ ਮਰ ਗਏ, ਫਿਰ ਲੱਗਣੀ ਪੈਂਦੀ ਲਿੱਦਣੀ, ਦੋ ਪਤਾ ਲੱਗਾ ਵੀ ਰਾਪੁਰ ਦੀਆਂ ਮੁਸਲਮਾਨ ਦੀਆਂ ਕੁੜੀ ਇੱਥੇ, ਇੱਥੋਂ ਜਾ ਕੇ ਬੰਦੇ ਤਕੜੇ ਤਕੜੇ ਇੱਥੇ ਗਏ। ਤੁਹਾਡੇ ਪਿੰਡ ਦੀਆਂ ਕੁੜੀਆਂ? ਹਾਂ, ਮੁਸਲਮਾਨ ਨੂਰਪੁਰ ਕੈਂਪ ਤੋਂ ਚੁੱਕੀਆਂ ਗਈਆਂ। ਹਾਂ, ਤੇ ਤੁਹਾਡੇ ਪਿੰਡ ਦੇ ਬੰਦਿਆਂ ਨੇ ਇਹ ਸੋਚਿਆ ਵੀ ਸਾਡੇ ਪਿੰਡ ਦੀਆਂ ਕੁੜੀਆਂ ਲੈ ਗਏ ਲਿੱਦੜਾਂ ਤੋਂ? ਲਿੱਦੜਾਂ ਇੱਥੇ ਜਾਣੀਆਂ, ਫਿਰ ਬਲੂਚ ਮੈਟਰੀ ਨੂੰ ਫਿਰਦੀ ਪਿੰਡਾਂ 'ਚ, ਅਤੇ ਉਹਨਾਂ ਨੇ ਹਵਾਲੇ ਕੀਤੇ ਤਾਂ ਉਹਨੇ ਪਾਕਿਸਤਾਨ ਪੜਾਈਆਂ। ਉਹ ਸਦਕੇ ਤੁਹਾਡੇ ਪਿੰਡ ਦੇ। ਕੀ ਨਾਮ ਤੁਹਾਡਾ? ਮੈਨੂੰ ਹਰੀ ਸੋਹਣ। ਪਿੰਡ ਕਿਹੜਾ ਜੀ? ਰਾਏਪੁਰ ਰਸੂਲਪੁਰ। ਰਾਏਪੁਰ ਰਸੂਲਪੁਰ ਮਤਲਬ ਇਹ ਦੋ ਪਿੰਡ ਆ ਜਾਂ ਇੱਕੋ ਪਿੰਡ ਆ ਜੀ? ਇਹ ਪਿੰਡ ਇੱਕੋ ਹੀ ਆ, ਡਰੈਸ ਜਾਣੀ ਰਸੂਲਪੁਰ ਦਾ ਨਾਲ ਵੱਜਦਾ। ਨਹੀਂ, ਰਸੂਲਪੁਰ ਤੋਂ ਤਾਂ ਇੱਦਾਂ ਲੱਗਦਾ ਵੀ ਜਿੱਦਾਂ ਕੋਈ ਮੁਸਲਮਾਨ ਨਾਮ ਹੁੰਦਾ ਹੈ। ਹਾਂ, ਕਿਸੇ ਮੌਕੇ ਦੱਸਦੇ ਪਿੱਛੇ ਬਜ਼ੁਰਗ ਕੋਈ ਸ਼ਹਿਰ ਸੀ ਕੋਈ ਜਾਂ ਰਸੂਲਪੁਰ ਬਣਿਆ, ਇਹ ਉੱਥੇ ਤਾਂ ਅਸੀਂ ਵੀ ਦੇਖਿਆ। ਹੁਣ ਤਾਂ ਫੈਕਟਰੀਆਂ ਬਣ ਗਈਆਂ, ਕੋਠੀਆਂ ਪਾ ਗਈਆਂ, ਠੀਕਰੀਆਂ ਤਾਂ ਅਸੀਂ ਵੀ ਦੇਖੀਆਂ ਕਾਫੀ ਉੱਚਾ ਇੱਥੇ ਸੀ। ਉਹ ਦੱਸਦੇ ਪਿੱਛੇ ਕੋਈ ਇੱਥੇ ਰਸੂਲਪੁਰ ਹੋ ਚੁੱਕਾ, ਜਿਹੜਾ ਮੁਸਲਮਾਨਾਂ ਦਾ ਇਲਾਕਾ ਹੋ ਚੁੱਕਾ ਉਹ। ਠੀਕ, ਇੱਦਾਂ ਕਿ ਪੰਜਾਬ 'ਚ ਕਈ ਰਾਏਪੁਰ ਹੋਣੇ ਆ, ਪਰ ਰਸੂਲਪੁਰ ਹੁਣ ਰਾਏਪੁਰ ਬੱਲਾਂ ਵੀ ਚੱਲਦਾ ਹੈ। ਇਹ ਰਾਏਪੁਰ ਬੱਲਾਂ ਇੱਕੋ ਪਰਿਵਾਰ ਵਾ, ਇਹ ਹੋਠੀ ਪਰਿਵਾਰ ਇੱਕੋ ਹੀ ਆ। ਇੱਕੋ ਹੀ ਆ। ਅੱਛਾ, ਚਲੋ ਬਜ਼ੁਰਗੋ ਇਹ ਦੱਸਿਓ ਵੀ ਇਹ ਪਿੰਡ ਜਿਹੜਾ ਆ ਜਲੰਧਰ ਜ਼ਿਲ੍ਹੇ ਦੇ ਵਿੱਚ, ਠੀਕ ਆ ਜੀ? ਹਾਂਜੀ, ਜਲੰਧਰ ਪਠਾਨਕੋਟ ਰੋਡ 'ਤੇ 5-7 ਕਿਲੋਮੀਟਰ ਦੂਰ ਆ ਜਲੰਧਰ ਤੋਂ। ਹਾਂਜੀ, ਅਤੇ ਜਿਹੜੇ ਹੋਠੀ ਆ, ਹਾਂਜੀ, ਹੋਠੀ ਹੋਰ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਵੱਸਦੇ ਆ? ਹੋਠੀ ਤਕਰੀਬਨ ਇੱਥੇ ਹੀ ਆ, ਉਹ ਗੜਬੜੀਸ਼ਨ ਜੇ ਪਿੰਡ 'ਚ ਹੋ ਚੁੱਕੀ ਸੀ ਕਿ ਮੁਸਲਮਾਨਾਂ ਦੇ ਮੌਕੇ। ਜੀ ਜੀ, ਉਹ ਜੁੜ ਕੇ ਕਿਤੇ ਚਲੇ ਗਿਆ, ਕੋਈ ਕਿਤੇ ਚਲੇ ਗਿਆ, ਇਸ ਕਰਕੇ ਦੂਰ ਨੇੜੇ ਹੈਗੇ। ਕੋਈ ਦੇਸਰਪੁਰ ਵੀ ਘਰ ਹੈ, ਦੇਸਰਪੁਰ, ਠੀਕ ਹੈ, ਹੋਠੀ ਪਰਿਵਾਰ ਦੀ, ਜਿੱਦਾਂ ਸਿਆਣੇ ਤੁਸੀਂ ਗੱਲਾਂ ਸੁਣੀਆਂ, ਦੇਸਰਪੁਰ, ਠੀਕ ਹੈ ਜੀ। ਉਸ ਮਾਝੇ 'ਚ ਵੀ ਹੈ ਕਿਤੇ, ਜਿਸ ਮੌਕੇ ਧੱਕੇ ਸ਼ਾਹੀ ਨੋੜ ਚਲੇ ਗਿਆ। ਉਹ ਵੀ ਇੱਥੋਂ ਗਏ ਆ? ਇੱਥੋਂ ਹੀ ਗਏ, ਦੱਸਦੇ ਸਿਆਣੇ ਗੋਏ ਕੋ ਮਾਝੇ ਜੀ ਹੈ। ਜੀ 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 ਜੀ। ਅਤੇ ਇਹ ਫਿਰ ਦੋਨੋਂ ਪਰਿਵਾਰ ਇੱਕੋ ਹੀ ਆ। ਫਿਰ ਇੱਥੇ ਸਾਡੇ ਜੋਧੇ ਹੋਣ ਦੇ ਬਟਾਰੇ 'ਚ ਇੱਥੇ ਕੁਛ ਆ ਗਿਆ, ਜਿੱਦਾਂ ਭਰਾਵਾਂ ਦੀ ਵੰਡ ਹੁੰਦੀ ਆ। ਜੀ 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 ਜੀ। ਅਤੇ ਇੱਥੇ ਕੋਈ ਦੱਸਦੇ ਆ ਵੀ ਇਸ ਪਿੰਡ ਵਾਲੀ ਜਿਹੜੀ ਮਾਈ ਸੀ ਉਹ ਕੋਈ ਸਿਰੋਂ ਦਾ ਖਿਲਰਿਆ ਰਹਿੰਦਾ ਸੀ। ਜੀ ਜੀ। ਉਹ ਟੱਬਰ ਸ਼ੈਤਾਨ ਹੁੰਦੇ ਨੇ, ਉਹਦਾ ਨਾਂ ਸਰਖੁੱਤੀ ਰੱਖਤਾ। ਅੱਛਾ ਜੀ। ਸਿਰ ਖੁੱਸਿਆ ਸਰਖੁੱਤੀ। ਜੀ ਜੀ। ਇੱਥੇ ਹੋ ਪਿੰਡ ਦੀ ਬਸੋਂ ਹੋ ਗਈ, ਅਤੇ ਗੁਰੂ ਸਾਹਿਬ ਇੱਥੇ ਆਏ ਹਰਾਏ ਸਾਹਿਬ। ਜੀ ਜੀ। ਆਪਣਾ ਤਾਲਾ ਗੁਰਦੁਆਰਾ ਹਲੇ ਵੀ ਬੜਾ ਮਸ਼ਹੂਰ ਆ, ਹੁਣ ਤਾਂ ਬਹੁਤ ਹੀ ਵਧੀਆ। ਬਿਲਕੁਲ। ਇੱਥੇ ਕਦੇ ਉਹਨੂੰ ਡੇਰਾ ਲਾਇਆ। ਜੀ। ਇਹ ਜਿਹੜੇ ਸਰਖੁੱਤੀ ਪਿੰਡ ਦੇ ਬਣ ਜੇ ਸੇਵਾ ਸੰਤ ਆਏ ਆ, ਮਹਾਰਾਜ ਤੋਂ ਸੇਵਾ ਕਰਨ ਚਲੇ ਗਏ। ਜੀ ਜੀ। ਉਹਨੇ ਕਿਤੇ ਪੁੱਛਿਆ ਵੀ ਤੁਸੀਂ ਕਿੱਥੋਂ ਆ ਜੀ, ਅਸੀਂ ਇੱਥੋਂ ਆ ਲੱਗ ਗਏ, ਇਸ ਕਿਹੜੇ ਪਿੰਡ ਤੋਂ? ਉਹਦੇ ਨਾਂ ਦੱਸਣ ਵਾਲਾ ਨਹੀਂ, ਦੱਸੋ ਸਹੀ ਉਹਦੇ ਨਾਂ ਕੁਛ ਨਹੀਂ ਆ, ਠੀਕ ਹੈ ਜੀ, ਸਰਖੁੱਤੀ ਜੀ। ਉਹਨੇ ਵੀ ਕਿਹਾ ਕੋਈ ਨਹੀਂ, ਸੋਹਣਾ ਨਾਂ ਬਣ ਜਾਊ ਇਹ ਨਾਂ। ਫਿਰ ਮੈਂ ਆਪਣੇ ਨਾਂ ਤੋਂ ਹਰੀ ਰਾਏਪੁਰ ਦੱਸ, ਗੁਰੂ ਹਰਾਏ ਸਾਹਿਬ ਆਏ ਸੀ। ਜੀ ਜੀ। ਉਹਨੇ ਵੀ ਹਰੀ ਰਾਏਪੁਰ ਰੱਖ ਦਿੱਤਾ। ਇਹ ਵੀ ਹੋ ਗਏ ਮੁਸਲਮਾਨ ਨੇ ਹਕੂਮਤ, ਉਹਨੇ ਹਰੀ ਕੱਢ ਦਿੱਤਾ, ਰਸੂਲਪੁਰ ਰਹਿਣ ਦਿੱਤਾ। ਜੀ ਜੀ ਜੀ। ਵੀ ਅਸੀਂ ਇਹ 'ਚ ਹਰੀ ਤਾਂ ਹਿੰਦੂ ਆ ਜਾਂਦੇ ਆ। ਜੀ ਜੀ। ਵੀ ਇਹ ਤਾਂ ਹਿੰਦੂ ਦਾ ਬਣੋ, ਰਸੂਲਪੁਰ ਨਾਂ ਤਾਂ ਰੱਖਤਾ। ਅੱਛਾ, ਤਾਂ ਰੱਖਤਾ, ਫਿਰ ਰਾਏਪੁਰ ਰਸੂਲਪੁਰ ਬਣ ਗਿਆ। ਹਾਂ, ਰਾਏਪੁਰ ਰਸੂਲਪੁਰ ਬਣ ਗਿਆ। ਜੀ ਜੀ। ਯਾਨੀ ਉਹ ਰਾਏ ਗੁਰੂ ਸਾਹਿਬ ਦਾ ਨਾਂ ਠਾਤਾ ਹਿੰਦੂਆਂ ਦਾ, ਤਾਂ ਮੁਸਲਮਾਨ ਰਸੂਲਪੁਰ ਪਾਤਾ ਵਿੱਚ। ਸਦੀਆਂ ਤੋਂ ਇਹ ਸਿਲਸਿਲਾ ਚੱਲਦਾ ਰਿਹਾ, ਇਹੋ ਚੱਲਦਾ ਰਿਹਾ, ਨਾਮ ਬਦਲਦੇ ਰਹੇ। ਹਾਂਜੀ। ਇਹ ਸਾਡੇ ਗੁਰੂ ਸਾਹਿਬ, ਉਹਨੇ ਆਖਿਆ ਛੋਟਾ ਜਿਹਾ ਪਿੰਡ ਆ, ਕਹਿੰਦੇ ਛੋਟਾ ਜਿਹਾ ਉਹ ਵੱਡਾ ਹੋਊਗਾ। ਅਤੇ ਸਾਡੇ ਹੁਣ ਵੀ ਜਿਹੜੀਆਂ ਨਿਸ਼ਾਨ ਤੋਂ ਅਸੀਂ ਪਾਸੀ ਦੀਦੇ ਆ, ਇਹ ਆਪਣੇ ਉਹਨੇ ਇੱਥੇ ਨਿਸ਼ਾਨ ਆ, ਜਿਹੜੀ ਸਾਹਿਬ ਨੇ ਮੂੜੀਆਂ ਗੱਡੀਆਂ ਆਪ। ਅੱਛਾ ਜੀ। ਵੀ ਜੋ ਪਿੰਡ ਤੁਹਾਡਾ ਵਧੂ ਫੁੱਲੂਗਾ। ਠੀਕ। ਦੂਸਰਾ ਉਹ ਬਾਗ ਇਹ ਕਰ ਗਏ ਵੀ ਜਿਹੜਾ ਇਸ ਪਿੰਡ ਦੇ ਵਿੱਚ ਚੜੂਗਾ, ਅੱਤ ਕਰੂਗਾ, ਉਹ ਥੱਲੇ ਕਰੂਗਾ। ਵਾਜਵਾ। ਜਿਹੜਾ ਬਾਹਰਲਾ ਬੰਦਾ ਇੱਥੇ ਨਿਮ ਕੇ ਚੱਲੂਗਾ, ਵਧੂ ਫੁੱਲੂਗਾ। ਇਹ ਅਸੀਂ ਅੱਖੀਂ ਦੇਖ ਰਹੇ, ਹੁਣ ਇੱਦਾਂ ਹੀ ਹੁੰਦੀ ਆਈ ਆ। ਠੀਕ। ਬਹੁਤ ਮਹਾਰਾਜ ਦੀ ਕਿਰਪਾ ਆ, ਪਿੰਡ ਵੀ ਵੱਧਦੇ ਜਾਂ ਬੜੇ ਸੁੱਖ, ਲੋਕ ਮੰਨਦੇ ਵੀ ਇਸੇ 'ਤੇ ਆ। ਬਿਲਕੁਲ ਜੀ, ਬਿਲਕੁਲ। ਯਾਨੀ ਸਾਡੇ ਦੱਸਣ 'ਤੇ ਗੱਲਾਂ ਆਉਣੀਆਂ। ਬਾਬਾ ਜੀ, ਜਦੋਂ ਰੌਲੇ ਪਏ, ਹਾਂਜੀ, ਪੰਜਾਬ ਦੀ ਵੰਡ ਹੋਈ, ਹਾਂਜੀ, ਕਿੰਨੇ ਵਰ੍ਹਿਆਂ ਦੇ ਸੀਗੇ ਤੁਸੀਂ? ਮੈਂ ਤਕਰੀਬਨ 15-16 ਸਾਲ ਦਾ ਹੋਊਗਾ, ਮੈਨੂੰ ਸਾਰੀ ਤਫੋਸ਼ ਦਾ ਸਾਰਾ ਪਤਾ। ਤੁਸੀਂ ਭੱਜ? ਹਾਂ, ਜਿੱਦਾਂ ਦਾ ਹੁੰਦੀ ਆ, ਡਰ ਵੀ ਸਾਨੂੰ ਲੱਗਦਾ ਸੀ, ਭੈ ਵੀ ਆਉਂਦਾ ਸੀ। ਯਾਨੀ ਸਾਨੂੰ ਸਾਡੇ ਨਿਆਣਿਆਂ ਸਿਆਣਿਆਂ ਕੋਠਿਆਂ 'ਤੇ ਚੜ੍ਹ ਜਾਣਾ, ਐਡੇ ਕੋਠੇ ਬੱਤੇ ਹੁੰਦੇ ਸੀ, ਕਹਿਣਾ ਮੁਸਲਮਾਨ ਆ ਗਿਆ, ਕਦੋਂ ਕਹਿਣਾ ਚਲੇ ਗਿਆ, ਫਿਰ ਰੋਟੀ ਪਾਣੀ ਖਾਣਾ, ਡਰਦੇ ਇੱਦਾਂ ਹੀ ਸੀ। ਨਹੀਂ, ਤੁਹਾਡੇ ਆਪਣੇ ਪਿੰਡ ਦੇ ਵਿੱਚ ਮੁਸਲਮਾਨ ਕਿੰਨੇ ਕੁ ਸੀਗੇ? ਉਹ ਕਾਂ
ਕਮ ਸੇ ਕਮ ਸਾਰੇ ਪਾ ਲਾ ਕੇ 60-70 ਘਰ ਤਾਂ ਹੋਣਗੇ ਨਿੱਕੇ ਮੋਟੇ। ਜੀ ਜੀ, ਇੰਨੀ ਕੁ ਬੱਸੋਂ ਸੀਗੀ ਵਿੱਚ, ਕੁਛ ਸਾਡੇ 2-3 ਘਰ ਇੱਥੇ ਹੈਗੇ ਵੀ, ਉਹਦੇ ਕਹਿੰਦੇ ਅਸੀਂ ਅਸੀਂ ਨਹੀਂ ਜਾਣਾ, ਚਾਹੇ ਮਾਰ ਦਿਓ ਜਾਂ ਮਾਰੇ, ਜਾਣਾ ਇੱਥੇ ਇੱਥੇ ਹੀ ਆ। ਜੀ ਹਾਂਜੀ, ਚਲੋ ਜਿਹੜੇ ਰਹਿ ਗਏ ਉਹ ਤਾਂ ਹੈ, ਜਿਹੜੇ ਚੱਲ ਗਏ ਉਹਨਾਂ ਦੇ ਨਾਮ ਯਾਦ ਨੇ? ਇਹ ਯਾਦ ਹੈਗੇ ਆ ਉਹਨਾਂ ਦੇ, ਉਹ ਤਾਂ ਬਹੁਤ ਸਿਆਣੇ, ਉਹ ਥੋੜ੍ਹੇ ਚਿਰ ਹੀ ਮੌਕਾ ਉਹਨੇ ਗਾਹਾਂ ਦੇ, ਇਹਨਾਂ ਦਾ ਪਤਾ ਨਹੀਂ। ਅਤੇ ਜਿਹੜੇ ਉਦੋਂ ਸਿਆਣੇ ਸੀ, ਕੀ ਨਾਂ ਸੀਗੇ ਉਹਨਾਂ ਦੇ? ਉਹਨਾਂ ਗਾਈਆ, ਉਮਰਦੀਨ, ਸੌਣ, ਭੁੱਲਾ, ਜੰਗ, ਇੱਦਾਂ ਦੇ ਨਾਂ ਸੀਗੇ। ਮਤਲਬ ਕਿਹੜੇ ਕਿਹੜੇ ਪਰਿਵਾਰ ਸੀ? ਉਹ ਖੇਤੀਬਾੜੀ ਕਰਨ ਵਾਲੇ ਸੀ ਜਾਂ? ਇਹ ਨਹੀਂ, ਕੋਈ ਆਪਣੇ ਕੱਪੜੇ ਸੀਂਦਾ ਸੀ, ਕੋਈ ਧੋਬੀ ਸੀ, ਉਹ ਕਪੜੇ ਧੋਂਦੇ ਸੀ, ਕੋਈ ਗੁੱਜਰ ਸੀ, ਬੱਕਰੀਆਂ ਬੁੱਕਰੀਆਂ ਚਾਰਦੇ ਸੀ, ਇੱਦਾਂ ਦਾ ਕਾਰੋਬਾਰ ਕਰਦੇ, ਕੋਈ ਤੇਲੀਆਂ ਦਾ ਕੰਮ, ਕੋਹਲੂ ਤੇਲ ਕੱਢਦੇ ਸੀ। ਚਲੋ, ਕੋਹਲੂ ਵਾਲੇ ਦਾ ਨਾਂ ਕੀ ਸੀ? ਉਹਨਾਂ ਬੱਗੂ, ਬੱਗੂ, ਬੱਗੂ ਤੇਲੀ, ਬੱਗੂ ਤੇਲੀ ਸਾਡੇ ਉਹਨੂੰ। ਜੀ 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 ਜੀ, ਕਾਫੀ ਪਿੰਡਾਂ ਦੇ ਲੋਕ ਉਹਦੇ ਕੋਲ ਆਉਂਦੇ ਸੀ ਜਾਂ ਸਿਰਫ ਤੁਹਾਡੇ ਪਿੰਡ ਦਾ ਹੀ? ਇਹ ਕਾਫੀ ਲਾਗੇ ਲਾਗੇ ਬੈਰਲੀ ਸਾਈ ਕੋਹਲੂ ਹੁੰਦੇ ਸੀ, ਕਾਫੀ ਇੱਥੇ ਆਉਂਦੇ, ਕਾਫੀ ਆਉਂਦੇ ਸੀ। ਠੀਕ ਹੈ ਜੀ। ਅਤੇ ਜਿਹੜੇ ਗੁੱਜਰ ਸੀ ਉਹਨਾਂ ਦੇ ਨਾਮ ਯਾਦ ਨੇ? ਹਾਂਜੀ, ਜੰਗ ਮਲੰਗ ਦੋਨੋਂ ਭਰਾ ਸੀ, ਭਰਾ ਸੀ, ਕਾਫੀ ਇੱਜੜ ਸੀ ਉਹਨਾਂ ਬੱਕਰੀਆਂ ਦੇ। ਉਹ ਆਪਣਾ ਦੁੱਧ ਹੁਣ ਤਾਂ ਹੋਰ ਸ਼ੈਲ ਕਢਾਈ ਅੰਗ ਹੁੰਦੀਆਂ, ਰੱਖ ਕੇ ਸਾਈਕਲ ਦੇ ਉੱਪਰ ਰੱਖ ਕੇ ਸ਼ਹਿਰ ਲੈਣਾ, ਮੇਰਾ ਗੁੱਜਰ ਦੁੱਧ ਲੈ ਕੇ ਗਏ ਬੱਕਰੀਆਂ ਦਾ। ਉਦੋਂ ਸਾਈਕਲ ਸੀਗਾ ਉਹਨਾਂ ਕੋਲ? ਹਾਂ, ਸਾਈਕਲ ਸੀਗੇ ਉਦੋਂ, ਸਾਈਕਲ ਸੀਗੇ ਉਹਨਾਂ, ਆਪਾਂ ਸਾਈਕਲ 'ਤੇ ਖੜਦੇ ਹੁੰਦੇ, ਪਹਿਲਾਂ ਪਿੰਡ ਚੋੜਾ ਇਕੱਠਾ ਕਰਨਾ, ਉਹਨੇ ਮੋਢੇ 'ਤੇ ਰੱਖ ਲੈਣੀ, ਥੋੜ੍ਹਾ ਬੜਾ ਪਲੂਕ ਪਾਉਂਦੇ, ਉਦੋਂ ਦੁੱਧ ਪਾਉਂਦੇ ਨਾ ਅਸੀਂ, ਕਹਿੰਦੇ ਜੇ ਪੁੱਤ ਵੇਚ ਲਿਆ ਜਾਂ ਦੁੱਧ ਵੇਚ ਲਿਆ। ਜੀ 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 ਜੀ, ਮਤਲਬ ਪਿੰਡ ਤੋਂ ਦੂਰ ਸ਼ਹਿਰ ਜਾ ਕੇ ਵੇਚ? ਹਾਂ, ਉਹ ਸ਼ਹਿਰ ਵਿਕਦਾ, ਸ਼ਹਿਰ ਹੀ ਖੜਦੇ ਹੁੰਦੇ, ਪਿੰਡ ਕੋਈ ਲੈਂਦਾ ਹੀ ਨਾ ਸੀ। ਜੀ ਜੀ, ਅਤੇ ਹੋਰ ਕੋਈ ਪਰਿਵਾਰ? ਧੋਬੀਆਂ ਦੇ ਨਾਂ ਯਾਦ ਨੇ ਹੈ ਜੀ? ਜਿਹੜੇ ਧੋਬੀ ਸੀਗੇ ਨਾਮ ਯਾਦ? ਹਾਂ, ਚਿੰਤੂ ਰਹਿਮਤੁੱਲਾ, ਚਿੰਤੂ ਇੱਕ ਨਾ ਇੱਕ ਰਹਿਮਤੁੱਲਾ। ਅਤੇ ਤੁਹਾਡੇ ਇਹਨਾਂ ਵਿੱਚੋਂ, ਸਾਰਿਆਂ ਵਿੱਚੋਂ ਤੁਹਾਡੇ ਹਾਣ ਦੇ ਕਿਹੜੇ ਸੀ? ਸਾਡੇ ਹਾਣ ਦੇ ਗਾਮਾ, ਬਲੈਤੀ, ਰਹਿਮਤੀ, ਖੁਸ਼ੀਆ, ਉਹ ਸਾਡੇ ਹਾਣੀ ਪਏ ਸੀ, ਉਹਨਾਂ ਨੂੰ ਖੇਡਦੇ ਰਹੇ ਨਿੱਕੇ ਹੁੰਦੇ, ਉਹ ਸਾਰੇ ਯਾਦ ਆ, ਹਾਲੇ ਪੂਰੇ ਯਾਦ ਆ, ਪੂਰੇ ਯਾਦ ਆ। ਉਹਨੇ ਫੋਟੋ ਵੀ ਸਾਹਮਣੇ ਆਉਣੀ ਅੱਖਾਂ ਦੀ, ਵੀ ਉੱਦਾਂ ਦੀ, ਉਹ ਦਿਲ 'ਤੇ ਵਾਲੀਆਂ ਨਾ, ਉੱਦਾਂ ਹੀ ਮੈਂ ਹਾਲੇ ਸੀਗਾ, ਮੈਂ ਥੋੜ੍ਹਾ ਜਿਹਾ ਪੜ੍ਹਿਆ ਤਾਂ ਨਹੀਂ, ਉੱਦਾਂ ਥੋੜ੍ਹਾ ਸਕੂਲੇ ਜਾਂਦੇ, ਮੈਨੂੰ ਉੜਦੇ ਅੱਖਰ ਵੀ ਯਾਦ ਵਾ। ਅੱਛਾ, ਚਲੋ ਸਕੂਲ ਦੀ ਵੀ ਗੱਲ ਕਰ ਲਈ, ਸਕੂਲ ਉਦੋਂ ਕਿੱਥੇ ਸੀਗਾ? ਆਪਣੇ ਪ੍ਰਾਇਮਰੀ ਸਕੂਲ ਨਿੱਕਾ ਜਿਹੜਾ, ਹਾਲੇ ਹਜ਼ੂਰ ਬੰਨੇ। ਅਤੇ ਟੀਚਰ ਕੌਣ ਸੀਗੇ ਜੀ ਉਸਤਾਦ ਤੁਹਾਡੇ? ਉਦੋਂ ਅੰਮ੍ਰਿਤਸੋਂ ਬੱਲਾਂ ਹੋਠੀ ਤੋਂ ਸੀ ਸਰਦਾਰ। ਜੀ 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 ਜੀ, ਅਤੇ ਇਹ ਉਰਦੂ ਪੜ੍ਹਾਉਂਦੇ ਸੀ, ਮੈਨੂੰ ਅੱਖਰ ਹਾਲੇ ਵੀ ਯਾਦ ਹੈ, ਹਮਜਾ ਜੀਮ ਸ਼ੀਮ ਤੋਏ ਜੋ ਪੇ ਜੀ ਅਲ ਬੇ ਪੇ, ਹਾਲੇ ਅੱਖਰ ਵੀ ਯਾਦ, ਹਾਲੇ ਯਾਦ ਆ ਮੈਨੂੰ, ਤਾਂ ਪੜ੍ਹਿਆ ਹੈ ਨਹੀਂ ਮੈਂ, ਬਸ ਠਾ ਹਟ ਗਿਆ। ਉਦੋਂ ਕਹਿੰਦੇ ਕਿਹੜਾ ਜੱਜ ਲੱਗਣਾ, ਕੰਮ ਕਰੋ ਕਰਦਾ, ਇੱਦਾਂ ਕਹਿੰਦੇ ਸੀਗੇ ਲੋਕ। ਠੀਕ ਠੀਕ, ਜਿਹੜੇ ਨਾਲ ਪੜ੍ਹਦੇ ਸੀ ਉਹਨਾਂ ਦੇ ਨਾਮ ਯਾਦ ਹੈ? ਹਾਂਜੀ, ਉਹਨਾਂ ਤਾਰਾ ਸੌਂ, ਇੱਥੇ ਬਾਬਾ ਤਾਰੂ ਵੀ ਸੱਦੇ, ਹੁਣ ਉਹਨਾਂ ਤਾਰਾ ਸੌਂ ਸੀ, ਸਾਡਾ ਹਾਣੀ ਸੌਂ ਸਿੰਘ ਉਦੋਂ ਕਹਿੰਦਾ ਕੌਣ ਸੀ, ਉਹਨਾਂ ਤਾਰੂ ਸੀ, ਇੱਕ ਸਰਵਣ ਸੀ, ਅਤੇ ਇੱਕ ਜੀਸੋਂ ਸੀ, ਅਤੇ ਇਹਦਾ ਮੇਰੇ ਨਾਂ ਸੀ। ਤੁਹਾਡਾ ਕੀ ਨਾਂ ਚੱਲਦਾ ਹੁੰਦਾ ਸੀ ਛੋਟਾ? ਮੇਰਾ ਨਾਂ ਤਾਂ ਪਹਿਲਾਂ ਘਰਦਿਆਂ ਨੇ ਫਕੀਰ ਰੱਖਿਆ ਸੀ। ਅੱਛਾ ਜੀ, ਯਾਨੀ ਜਿੱਦਾਂ ਵੀ ਮਸੀਂ ਲੱਜਾ ਕੇ ਫਕੀਰ ਰੱਖ ਲਓ, ਤਾਂ ਮਗਰੋਂ ਫਿਰ ਜਿੱਦਾਂ ਥੋੜ੍ਹਾ ਸਿੱਖਿਆ ਜਾਂ ਵਜ੍ਹਾ ਕਰਕੇ ਪਹਿਲਾਂ ਮੈਂ ਹਰੀ ਸੌਂ ਰਾਤ। ਠੀਕ ਠੀਕ, ਇਹ ਜਿਹੜੇ ਤੁਹਾਡੇ ਦੋਸਤ ਤੁਸੀਂ ਮੁਸਲਮਾਨ ਗਣਾਏ ਆ, ਹਾਂਜੀ, 4-5 ਮੁੰਡੇ, ਹਾਂਜੀ, 47 ਵੇਲੇ ਫਿਰ ਮਿਲ ਕੇ ਗਏ ਤੁਹਾਨੂੰ? ਉਸ ਦਿਨ ਲਈ ਇੰਨੇ ਆਫੜੇ ਤਾਂ ਆਪਣੀ ਮਾਮਾ ਨੂੰ ਪੁੱਤ ਨਹੀਂ ਸੰਭਾਲੇ, ਨਾ ਕੁਛ ਨੂੰ ਮਿਲਿਆ, ਉਹ ਗੱਲਾਂ ਨਹੀਂ ਰਹਿ ਗਈਆਂ। ਅੱਛਾ ਅੱਛਾ ਅੱਛਾ, ਉਹਨਾਂ ਨੂੰ ਅਸੀਂ ਦੁਸ਼ਮਣ ਦੱਸਣ ਡਿਆ ਪਿਆ, ਉਹ ਸਾਨੂੰ ਦੁਸ਼ਮਣ ਲੱਗਣ, ਕਿਹਾ ਇੱਕ ਦੂਜੇ ਨੂੰ ਕੁਛ ਨਹੀਂ, ਕੁਛ ਨਹੀਂ ਕਿਹਾ, ਇੱਥੇ ਤਾਂ ਹੋ ਗਿਆ ਮੋਹ ਬੜਾ ਹੀ ਹੋਇਆ, ਕਿਤੇ ਬਿਰਲੇ ਬਿਨਾਂ ਨੂੰ ਸਾਂਝ ਬਾਂਝ ਹੋ, ਉਦੋਂ ਦੀਆਂ ਚੀਜ਼ਾਂ ਰੱਖੀਆਂ ਰਖਾਈਆਂ, ਨਾ ਕਿਸੇ ਨੂੰ ਮੰਗੀਆਂ ਅਤੇ ਨਾ ਕਿਸੇ ਨੂੰ ਦਿੱਤੀਆਂ। ਇੱਦਾਂ ਹੋਈ ਆ, ਉਧਰੋਂ ਵੀ ਇੱਦਾਂ ਹੀ ਹੁੰਦੀ ਆਈ ਆ, ਸਾਰੇ ਪਾਸੇ ਇੱਦਾਂ ਹੋਈ ਆ। ਅਸੀਂ ਤਕਾਲਾਂ ਦੇ ਕੈਂਪਾਂ ਨੂੰ ਚਲੇ ਗਏ, ਤਕਾਲਾਂ ਨੂੰ ਇੱਥੇ ਗਏ ਆ, ਰਾਤ ਨੂੰ ਹਮਲਾ ਹੋ ਗਿਆ, ਸਵੇਰ ਨੂੰ ਕੋਈ ਮਾਰ ਦਿੱਤੇ, ਕੋਈ ਲੱਜਾ ਨਹੀਂ। ਨਹੀਂ, ਤੁਹਾਡੇ ਆਸੇ ਪਾਸੇ ਕਿਹੜੇ ਕਿਹੜੇ ਪਿੰਡ ਲੱਗਦੇ ਆ ਜੀ? ਰਾਏਪੁਰ ਦੀ, ਰਾਏਪੁਰ, ਆਪਣੇ ਅਰਦਾਵਾ, ਮੋਖੇ, ਬੱਲਾਂ, ਸਮਰਥਪੁਰ, ਧੋਗੜੀ। ਤੁਸੀਂ ਧੋਗੜੀ, ਤੁਹਾਡਾ ਕਦੇ ਆਉਣ ਜਾਣ ਬਣਿਆ? ਕਿੰਨੇ ਕੁ ਤਕੜੇ ਮੁਸਲਮਾਨ ਸੀ ਇੱਥੇ? ਇੱਥੇ ਤਾਂ ਜੀ ਰਾਜੇ ਸਮਝ ਲਓ, ਕਚਹਿਰੀ ਵੀ ਦੱਸਦੇ, ਸਿਆਣੇ ਵੀ ਇੱਥੇ ਲੱਗਦੀ ਹੁੰਦੀ ਸੀ। ਅੱਛਾ, ਅਯੂਬ ਖਾਨ ਜਿਹੜਾ ਪਹਿਲਾਂ ਮਤਲਬ ਬਣਿਆ ਜਾ ਕੇ ਧੋਗੜੀ ਦਾ ਬਣਿਆ ਸੀ, ਪਾਕਿਸਤਾਨ ਦੇ ਵਿੱਚ ਪਠਾਨ ਸੀ, 1400 ਕਮਾਂ ਦੇ ਮਾਲਕ ਵੀ ਸੀਗੇ, ਬਹੁਤ ਤਕੜੇ ਪਠਾਨ ਸੀ। ਅਤੇ ਰਾਈ ਵੀ ਬਹੁਤ ਸੀਗੇ ਉਸ ਪਿੰਡ 'ਚ? ਹਾਂ, ਰਾਈ ਵੀ ਖੇਤੀਬਾੜੀ ਵੀ ਕਰਦੇ, ਸਾਰੇ ਜ਼ਿਮੀਦਾਰ ਸੀ, ਬਹੁਤ ਵੱਡੇ ਮਾਲਕ ਸੀਗੇ। ਜੀ ਜੀ ਜੀ, ਅਤੇ ਰਕਬਾ ਵੀ ਸਾਡੇ ਇਲਾਕੇ 'ਚ ਉਹਨੇ ਧੋਗੜੀ ਦਾ ਜ਼ਿਆਦਾ ਆ। ਕਿੰਨੇ ਕਿੱਲੇ ਜ਼ਮੀਨ ਹੈ ਜੀ ਉਹਦੀ? ਵੀ ਜ਼ਿਆਦਾ ਹੋਣੀ ਹੈ,
ਸਾਡੇ ਪਿੰਡ ਦੇ ਇਹਨਾਂ ਨਗਰਾਂ ਵੀ ਜ਼ਮੀਨ ਜ਼ਿਆਦਾ ਆ, ਪਰ ਇਹਨਾਂ ਦੇ ਧੂੜੀ ਦਾ ਰਿਕਾਰਡ ਸੀ 2700 ਕਿੱਲਾ ਉਹ ਮੈਂ ਜ਼ਮੀਨ ਕੱਢਦੇ ਕੱਢ। ਜਿਹੜਾ ਤੁਹਾਡੇ ਨਾਲ ਪਿੰਡ ਲੱਗਦਾ ਜੀ ਨੂਰਪੁਰ, ਕਹਿੰਦੇ ਮੁਸਲਮਾਨ ਜੱਟਾਂ ਦਾ ਪਿੰਡ ਸੀ। ਹਾਂ ਇਹ ਵੀ ਮੁਸਲਮਾਨ ਸੀਗੇ, ਜੱਟ ਸੀਗੇ। ਹਾਂ ਜੱਟ ਨਹੀਂ ਸੀਗੇ, ਸੀਗੇ ਬਾਈ ਕਰਦੇ ਸੀਗੇ, ਰਾਈ ਮੁਸਲਮਾਨ ਹੀ। ਆਸੇ ਪਾਸੇ ਦੇ ਜਿਹੜੇ ਮੁਸਲਮਾਨ ਸੀਗੇ ਤੁਹਾਡੇ ਨਾਲ, ਕੋਈ ਉਹਨਾਂ ਦਾ ਵਾਹ ਵਾਸਤਾ ਪੈਂਦਾ ਸੀਗਾ ਜੀ? ਹਾਂ ਆਲੋਹੀ ਸੀ ਸਾਡੇ ਲਾਗੇ, ਬਹੁਤ ਪਿਆਰ ਸੀ ਉੱਧਰ ਉੱਧਰ ਹੀ। ਕਿਹੜਾ ਪਿੰਡ ਜੀ? ਆਲੋਹੀ ਲੋਹੀਆਂ ਵਾਹਦਾ ਨਹੀਂ ਹੁਣ ਉੱਜੜਾ ਆ, ਅੱਜ ਤਾਂ ਗੁੱਜਰ ਰਹਿੰਦੇ ਆ। ਇਹ ਲੋਹੀਆਂ ਪਿੰਡ ਸੀ, ਬਾਹਰ ਰਾਪ ਉਹਨਾਂ ਨੇ ਮਿਲੋ ਵਰਤੋਂ ਸੀ। ਅੱਛਾ, ਇੱਥੇ ਲੈਣ ਦੇਣ, ਉੱਧਰ ਵਿਆਹ ਸ਼ਾਦੀ ਆਉਣਾ ਸਾਡਿਆਂ ਨੂੰ ਮੁਸਲਮਾਨਾਂ। ਹਾਂ ਮੁਸਲਮਾਨਾਂ, ਅਤੇ ਉਦੋਂ ਖਰਾਸ ਹੁੰਦੇ ਸੀ, ਇੱਥੋਂ ਦਾ ਪਸ਼ੂ ਲੈ ਆਉਣੇ, ਆਪਣੇ ਦਾਣੇ ਲੈ ਆਉਣੇ, ਪੀਣਾ ਸੁਵਿਧਾ, ਕੁੜੀਆਂ ਮੁੰਡੀਆਂ ਨੇ ਖੜਨਾ ਸਵੇਰੇ ਸਵੇਰੇ, ਇੱਥੋਂ ਲੈ ਜਾਣਾ। ਜਾਣੀ ਇੱਕੋ ਚੀਜ਼ ਸਮਝਦੇ ਸੀ ਲੋਹੀਆਂ ਅਤੇ ਰਾਏਪੁਰ। ਹਾਂ ਜਾਣੀ ਉਹ ਮੁਸਲਮਾਨ ਸੀ, ਬਹੁਤ ਪਿਆਰ ਰਾਪੁਰ ਨਾਲ ਸੀ, ਰਾਪੁਰ ਦਾ ਉਹਨਾਂ ਨਾਲ ਬਹੁਤ ਪਿਆਰ ਸੀ। ਲੋਹੀਆਂ ਦੇ ਕਿਸੇ ਬੰਦੇ ਦਾ ਨਾਮ ਯਾਦ ਹੈ ਜੀ? ਹਾਂ ਜਿਹੜੇ ਉੱਥੇ ਦੇ ਪਸੰਦ ਹੈ, ਦੋ ਤਿੰਨ ਬੰਦਾ, ਜਾਂ ਇੱਕ ਨਾਂ ਸੀਗਾ ਗਾਮਾ ਜੀ, ਉਮਰਾ ਗੁਲਾਮਦੀਨ, ਇਹ ਯਾਦ ਵਾ। ਗੁਲਾਮਦੀਨ ਦਾ ਤਿੰਨ ਭਰਾ ਸੀ, ਦੋ ਫੌਜ ਸੀ, ਇੱਦਾਂ ਤਾਂ ਮੈਂ ਜਵਾਨ ਦੇਖੇ ਨਹੀਂ ਇੱਦਾਂ ਜਿਹੜੇ ਸੀ। ਅੱਛਾ ਜੀ, ਬਹੁਤ ਜਵਾਨ ਸੀਗੇ ਉਹਦਾ, ਜਾਣੀ ਆਹ ਬਿਜਲੀ ਸਾਡੀ ਗਬਲੀ ਆਉਂਦੇ ਹੁੰਦੇ ਸੀ, ਲੰਘਦੇ ਤੋਂ ਮੂਹਰੇ ਬੰਦਾ ਇੱਕ ਪਾਸੇ ਹੁੰਦਾ, ਫਿਰ ਲੰਘਦੇ ਜਿਹੜੇ ਜਵਾਨ ਸੀ। ਬਾਜਵਾ ਸੀਗੇ, ਕਿਹੜੀਆਂ ਬਰਾਦਰੀ 'ਚ ਸੀ? ਆਪਣੇ ਰਜਪੂਤ ਕਹਿੰਦੇ ਇਹਨੂੰ। ਹਾਂ ਰਜਪੂਤ, ਆਪਾਂ ਤਾਂ ਗੁੱਸੇ ਰੰਗ ਕਹਿੰਦੇ, ਪਰ ਰਜਪੂਤ ਸੀਗੇ, ਜ਼ਮੀਨਾਂ ਦੇ ਮਾਲਕ ਸੀਗੇ। ਜੀ 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 ਉਹ ਮੈਂ ਇਹ ਨਿੱਕੇ ਹੁੰਦਿਆਂ ਦੇਖੇ ਹਾਂ, ਉਹਨਾਂ ਗੁਲਾਮਦੀਨ ਸਾਦੇ ਹੁੰਦੇ ਲੈ ਵੀ ਗੁਲਾਮਦੀਨ ਆਉਂਦਾ, ਬੜਾ ਤੁਰ ਕੇ ਆਉਂਦੇ ਹੁੰਦੇ ਸੜਕ ਅੱਡੇ ਚੋਂ। ਜੀ 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 ਤੁਹਾਡੇ ਪਿੰਡ ਵਿੱਚ ਦੀ ਲੰਘਣਾ? ਹਾਂ ਇੱਥੋਂ ਹੀ ਲੰਘਣਾ, ਲੰਘਾ ਜਿਹਾ ਲੱਗ ਗਏ ਸੀ ਅਤੇ ਲੋਕ ਐਨ ਗਲੀ ਘੇਰ ਕੇ ਲੰਘਦੇ, ਲੰਘਦੀ ਗਲੀ ਜਿਹੜੇ ਜਵਾਨ ਸੀ ਉਹ ਰੁਕ ਜਾਂਦੀ ਗਲੀ ਚੌੜੇ ਸੀ। ਵਾਹ ਜੀ ਵਾਹ, ਉਹ ਤਾਂ ਮੈਨੂੰ ਪਤਾ ਸਾਡੇ ਹਾਂਡੀਆਂ ਨੂੰ ਜਿਹਨੂੰ ਪੁੱਛਣ, ਹਾਂ ਦੇਖੇ ਹੋ, ਬਹੁਤ ਜਵਾਨ ਸੀਗੇ। ਕਮਾਲ ਦੀ ਗੱਲ, ਉੱਦਾਂ ਦੇ ਬੰਦੇ ਫਿਰ ਮੁੜ ਕੇ ਨਹੀਂ ਦਿਸੇ ਕਿਤੇ? ਨਹੀਂ ਹੁਣ ਤਾਂ ਥੱਲੇ ਨੂੰ ਆਉਂਦੇ ਗਏ, ਤਾਂ ਗਏ ਨਹੀਂ, ਉਹ ਤਾਂ ਥੱਲੇ ਗਏ ਆ। ਜਾਂ ਸਾਡੇ ਆਪਣੇ ਪਰਿਵਾਰ ਸੀਗੇ ਉਹ ਸ਼ੇਰ ਸੋਂ ਤਾਂ ਗੁਰਬਚਨ ਸੋਂ, ਉਹ ਫੌਜ ਨੌਕਰ ਸੀਗੇ, ਉਹ ਬਹੁਤ ਜਵਾਨ ਸੀ। ਉਹ ਧਾਮੀ ਜਿਹੜੇ? ਹਾਂ ਧਾਮੀ ਧਾਮੀ। ਅੱਛਾ ਅੱਛਾ, ਇਹ ਨਹੀਂ ਦੱਸਦੇ ਆ ਵੀ ਅੰਗਰੇਜ਼ਾਂ ਦੇ ਮੌਕੇ ਤੋਪ ਤਾਪ ਪਾ ਕੇ ਇੰਨੇ ਤਕੜੇ, ਉੱਦਾਂ ਹੀ ਖਿੱਚਣੀ ਆਉਂਦੀ ਇਹਨਾਂ ਨੂੰ, ਫਿਰ ਬਾਅਦ 'ਚ ਮਰਬੇ ਵੀ ਮਿਲੇ ਸੀ ਦੋਹਾਂ ਭਰਾਵਾਂ ਨੂੰ। ਅੱਛਾ ਅੱਛਾ ਅੱਛਾ, ਉਹ ਸਿਆਣੇ ਤੋਂ ਗੱਲਾਂ ਸੁਣੋ, ਤਾਂ ਫਿਰ ਅੰਗਰੇਜ਼ ਦੇਖਣ ਆਇਆ ਵੀ ਜਿਹੜਾ ਤੋਪ ਖਿੱਚ ਲਿਆ ਟੱਬਰ ਉਹਦਾ ਬਚਾ ਲਿਆ, ਵੀ ਮੇਰੀ ਮਾਂ ਦੇਖਣ ਆਉਣਾ, ਜਿਨ ਪਾਲੇ ਆ ਦੱਸਦੇ ਉਹ ਪਿੰਡ ਇੱਥੇ ਜਿਹੜੀ ਮਾਂ ਦੇਖਣ ਆਇਆ ਸੀ। ਮਾਂ ਵੀ ਬਹੁਤ ਜਵਾਨ ਸੀ, ਅੰਗਰੇਜ਼ ਮੰਨ ਗਿਆ, ਠੀਕ ਹੈ ਵੀ ਇਹਦੇ ਪੁੱਤ ਇੱਦਾਂ ਦੇ ਹੋਣੇ ਚਾਹੀਦੇ। ਇਹ ਜਿਹੜੀ ਸਿਆਣੇ ਤੋਂ ਗੱਲਾਂ, ਮਤਲਬ ਸ਼ੇਰ ਸਿੰਘ ਹੁਣ ਵੀ ਕਾਫੀ ਤਕੜੇ? ਹਾਂਜੀ, ਉਹ ਸ਼ੇਰ ਸੋ ਗੁਰਬਚਨ ਸੋ ਦੋਨੋਂ ਮੈਂ ਦੇਖੇ, ਧਾਮੀ ਬੜੇ ਉੱਚੇ। ਹਾਂ ਸਰ, ਬੜੇ ਜਵਾਨ, ਉਹਦਾ ਫੱਟੜ ਹੋ ਗਿਆ, ਫਿਰ ਵੀ ਲੱਤਾਂ ਲੁੱਤਾਂ ਬਿੰਗੀਆਂ ਸੀ, ਫਿਰ ਵੀ ਆਦਮੀ ਲੋਕਾਂ ਨਾਲ ਜਵਾਨ ਸੀ। ਔਰ ਅੱਗੇ ਲੋਕਾਂ ਦਾ ਪਿਆਰ ਜ਼ਿਆਦਾ ਸੀ, ਹੁਣ ਜਾਣੀ ਮੂੰਹੋਂ ਪਿਆਰ ਆ, ਰਾਜੇ ਦਾ ਪਿਆਰ ਹੈ ਨਹੀਂ, ਆਮ ਦੁਨੀਆ ਦੇ ਅੰਦਰਲੇ ਦਾ ਨਹੀਂ ਹੁਣ ਪਤਾ ਲੱਗਦਾ ਕਿਸ ਪਾਸੇ ਭੁਗਤਾ। ਹਾਂ ਅੱਗੇ ਆ ਦਿਨ ਵਾਰ ਹੁੰਦੇ ਸਿਆਣੇ ਬੰਦੇ, ਕੋਈ ਵੋਟਾਂ ਸਾਡੇ ਮੌਕੇ ਤਾਂ ਨਹੀਂ ਨਿਕਲੀਆਂ, ਸਾਡੇ ਵੋਟਾਂ ਪੈਣੀਆਂ। ਸਿਆਣਾ ਬੰਦਾ ਪੰਚ ਸਰਪੰਚ ਮੰਨਿਆ ਜਾਂਦਾ, ਜੋ ਕਰਵੇ ਸੋ ਹੁੰਦਾ ਸੀ, ਰਾਹ ਛੱਡ ਦਿੰਦੇ, ਕਹਿਣਾ ਸਿਆਣਾ ਬਜ਼ੁਰਗ ਆਉਂਦਾ ਰਾਹ ਛੱਡ ਦਿਓ, ਪਰ ਹੁਣ ਉਹਦਾ ਕਹਿਣਾ ਮੰਨੋ। ਹੁਣ ਤਾਂ ਸਿਆਣੇ ਨੂੰ ਹਰਾਸ ਹੀ ਕਰਦੇ ਆ, ਅੱਗੇ ਵਿਆਹੁਣ ਜਾਂਦੇ ਸਿਆਣਾ ਬੰਦਾ ਨਾਲ ਪਾਓ ਪਾਉਣ ਫਿਰ ਜਾਣਾ। ਜੀ ਜੀ, ਹੁਣ ਸਿਆਣੇ ਨੂੰ ਚੇਚਨਾ ਕਰਦੇ ਆਇਆ ਕੁਝ ਨੇਤੇ ਨਹੀਂ, ਕਈ ਸਾਡੇ ਵਰਗੇ ਵੀ ਹੈਗੇ ਜੀ, ਜਿਹੜੇ ਪਿੰਡਾਂ 'ਚ ਜਾ ਕੇ ਸਿਆਣੇ ਲੱਭ ਲੱਭ ਕੇ ਉਹਨਾਂ ਦੀਆਂ ਗੱਲਾਂ ਸੁਣਦੇ ਆ। ਠੀਕ ਹੈ, ਅਤੇ ਦੁਨੀਆਂ ਨੂੰ ਦੱਸਣਾ ਚਾਹੁੰਦੇ ਆ ਵੀ ਜੋ ਸਿਆਣਿਆਂ ਕੋਲ ਹੁੰਦਾ ਉਹ ਸਾਡੇ ਕੋਲ ਨਹੀਂ ਹੈਗਾ। ਜੇ ਤਾਂ ਹੁਣ ਅਸੀਂ ਪਿਛਲੀਆਂ ਗੱਲਾਂ ਆਪਣੀਆਂ ਹੁਣ ਨਿਆਣਿਆਂ ਨੂੰ ਦੱਸੇ, ਸਾਨੂੰ ਤਾਂ ਹੱਸੀ ਕਰਦੇ ਆ। ਨਹੀਂ ਪਿਛਲੀ ਜਿਹੜੀ ਬਾਈ ਆ ਨਾ, ਉਹ ਸਾਡੇ ਵਾਲੀ ਹਟ ਗਈ, ਹੁਣ ਨਵੀਂ ਬਾਈ ਚੱਲਦੀ ਆ, ਜਿਹੜੀ ਅਸੀਂ ਬਾਈ ਕਰ ਚੁੱਕੇ ਹਾਂ, ਹੁਣ ਨਿਆਣਿਆਂ ਨੂੰ ਪਤਾ ਨਹੀਂ ਲੱਗਣਾ ਹਲਕੇ ਨੂੰ ਕਹਿੰਦੇ ਆ। ਜੀ 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 ਜੀ, ਪੜ ਜਾਣਾ ਦੋ ਬਹੁਤ ਜੋੜਨਾ, ਤੁਰੇ ਫਿਰਨਾ ਸਾਰੀ ਦਿਹਾੜੀ, ਮਗਰ ਬੀਜਾ ਤੁਰੇ ਫਿਰਨਾ, ਮਾਂ ਬੀਜਣਾ ਇੱਕ ਥੱਕ ਜਾਣਾ। ਹੁਣ ਤਾਂ ਸਵੇਰ ਨੂੰ ਪਾਉਂਦੇ ਆ ਤਕਾਲਾਂ ਨੂੰ ਘਰ, ਇੱਦਾਂ ਹੀ ਉਹ ਖੇਤੀ ਵੀ ਹਟ ਗਈ ਆ, ਉਹ ਹਵਾ ਵੀ ਨਹੀਂ ਵਗਦੀ, ਉਹ ਬੱਦਲ ਵੀ ਸਾਰੀਆਂ ਚੀਜ਼ਾਂ ਬਦਲੀ ਗਈਆਂ। ਤੁਸੀਂ ਕਾਫੀ ਹਲ ਪਾਇਆ ਜੀ? ਬਹੁਤ ਬਹੁਤ ਬਹੁਤ। ਅਤੇ ਬਲਦਾਂ ਦੀਆਂ ਟੱਲੀਆਂ ਕਿੱਥੋਂ ਲਿਆਉਂਦੇ ਹੁੰਦੇ ਸੀ? ਸਾਡੇ ਸਿੰਗੜੀ ਵਾਲੇ ਦੀਆਂ ਬਹੁਤ ਮਸ਼ਹੂਰ ਸੀ, ਹੁਸ਼ਿਆਰਪੁਰ ਦੇ ਸਿੰਗੜੀ ਵਾਲਾ, ਆ ਮੇਲੇ ਗੇਲੇ ਲੱਗਣੇ, ਕਹਿਣਾ ਸਿੰਗੜੀਆਂ ਟੱਲੀਆਂ, ਉੱਥੇ ਭੀੜ ਪਈ ਹੁੰਦੀ ਲੈਣ ਨੂੰ, ਕਿਹੜਾ ਟੱਲੀਆਂ ਪਾਈਏ ਲਈ ਗਏ, ਉਹ ਆਵਾਜ਼ ਬਹੁਤ ਸੋਹਣੀ ਉਹਨਾਂ ਦੀ, ਠੰਡੀ ਮਿੱਠੀ ਲੱਗਣੀ, ਅਤੇ ਉਹਦਾ ਬਹੁਤ ਹੋਰ ਫੇਟਣੀਆਂ, ਪਰ ਬਾਹੀਆਂ ਸਿੰਗੜੀਆਂ ਦੀਆਂ ਮਸ਼ਹੂਰ ਸੀ। ਉਹ ਫਿਰ ਦੂਰੋਂ ਉਹਨਾਂ ਨੇ ਰਿਸ਼ਤੇਦਾਰ ਨੇ ਕਹਿਣਾ ਵੀ ਸਿੰਗੜੀਆਂ ਟੱਲੀਆਂ ਮੰਗਵਾਓ, ਇੱਦਾਂ ਕਹਿ ਕੇ ਮੰਗਵਾ ਕੇ ਵੀ ਦੇਣੀਆਂ, ਤੋਹਫਾ ਬਣ ਜਾਂਦਾ ਸਹੀ, ਤੋਹਫਾ ਜੱਟ ਕਿਸਾਨ ਇੱਕ ਦੂਜੇ ਨੂੰ ਤੋਹਫਾ ਦਿੰਦੇ ਸੀ। ਠੀਕ, ਜਦੋਂ ਰੌਲੇ ਪਏ ਜੀ, ਪਤਾ ਲੱਗ ਗਿਆ ਕਿ ਹੁਣ
ਮੁਸਲਮਾਨਾਂ ਨੂੰ ਉੱਧਰ ਜਾਣਾ ਪੈਣਾ। ਹਾਂਜੀ ਹਾਂਜੀ। ਉਦੋਂ ਇਸ ਇਲਾਕੇ 'ਚ ਕੀ ਵਾਪਰਿਆ? ਉਸ ਇਲਾਕੇ ਦੇ ਵਿੱਚ ਇੱਦਾਂ ਸੀ ਵੀ ਇੱਦਾਂ ਲੱਗਦੀ ਪਿੰਡਾਂ ਦੇ ਵਿੱਚ ਲੱਗ ਗਿਆ ਲੋਹੀ ਬਾਂਸੀਆਂ ਨਿੱਕੇ ਨਿੱਕੇ ਪਿੰਡ ਸੀਗੇ ਧੂੰਆਂ ਨਿਕਲ ਕੇ ਅੱਗ ਲਾਈ ਜਾਣੀ। ਬਾਂਸੀਆਂ ਵੀ ਜੱਟਾਂ ਦਾ ਪਿੰਡ ਸੀ ਜੀ? ਹਾਂ ਜੱਟਾਂ ਦਾ, ਬਿਲਕੁਲ ਦਾ ਵਿਆਹ ਦੇ ਨਾਲ ਬਿਲਕੁਲ। ਤੁਹਾਨੂੰ ਪਤਾ ਕਿ ਮੁਸਲਮਾਨ ਜੱਟਾਂ ਦਾ ਪਿੰਡ ਸੀ? ਹਾਂ ਜੱਟਾਂ ਦਾ ਬਾਂਸੀ ਗੋਸੀ ਨੇ। ਹਾਂ ਉਹ ਬਾਂਸੀਆਂ ਪਿੰਡ ਉਹਨੂੰ ਸੱਦੇ ਸੀ ਜੀ, ਅਤੇ ਉੱਥੇ ਵੀ ਕਾਫੀ ਵੱਸਦੇ ਸੀ। ਇੱਦਾਂ ਵੀ ਲੋਕਾਂ ਨੇ ਗੁੱਸੇ ਉੱਧਰਲੇ ਗੁੱਸੇ ਨਾਲ ਇਹਨਾਂ ਦੇ ਮਕਾਨਾਂ ਨੂੰ ਅੱਗਾਂ ਲਾਈਆਂ, ਉਹ ਜਾਂ ਉੱਧਰ ਲਾਉਂਦੇ। ਜਦੋਂ ਪਹਿਲੋਂ ਪਹਿਲ ਚੱਲਿਆ ਪਾਕਿਸਤਾਨ ਦੇ, ਪਹਿਲਾਂ ਕੰਮ ਪਾਕਿਸਤਾਨ ਤੋਂ ਸ਼ੁਰੂ ਹੋਇਆ, ਸਟੇਸ਼ਨਾਂ ਦੇ ਆਉਣੇ ਆ ਗੱਡੀਆਂ 'ਤੇ ਪਿੰਡਾਂ ਦੇ ਲੋਕਾਂ ਨੇ ਲੱਸੀਆਂ ਸ਼ੱਕਰ ਘੇਰਾ ਕੇ ਪਰੌਠੇ ਪਕਾ ਕੇ ਖਾਣੇ ਸਟੇਸ਼ਨਾਂ 'ਤੇ ਮੁਸਲਮਾਨਾਂ ਲਈ, ਆਪਣੇ ਜਿਹੜੇ ਲੋਕ ਉੱਧਰੋਂ ਆਉਂਦੇ ਉੱਧਰੋਂ ਗੱਡੀਆਂ ਕਹਿਣਾ ਆਏ ਵੀ ਉੱਧਰੋਂ ਲੁੱਟ ਹੋ ਗਏ, ਦਿੱਤਾ ਕੁਛ ਨਹੀਂ ਵੀ ਲੋਕਾਂ ਨੇ ਪਿੰਡਾਂ ਹੈਲਪ ਕਰੋ ਲੱਸੀਆਂ ਸ਼ੱਕਰ। ਇਸ ਨਿਆਣੇ ਸਿਆਣੇ ਗਣ ਜਾਣੇ ਤੁਹਾਡੇ ਪਿੰਡ ਦੇ ਜਾਂਦੇ ਰਹੇ? ਹਾਂ ਉਹ ਵੀ ਉਹਨੂੰ ਦੱਸਦੇ ਵੀ ਆਵਾਜ਼ਾਂ ਦਿੱਤੀਆਂ, ਕਿਸੇ ਦਾ ਗੁੱਟ ਵੱਢਿਆ, ਕਿਸੇ ਦਾ ਕੁਛ ਵੱਢਿਆ। ਉਹਨੇ ਆਖਿਆ ਵੀ ਪਰੋਠੀਆਂ ਲੱਸੀਆਂ ਨਹੀਂ ਮੁਕੀਆਂ, ਸਾਡੇ ਤਾਂ ਸਾਰੇ ਵੱਢ ਸੁੱਟਿਆ, ਸਾਡੇ ਡੱਕੀ ਹੋਣੀ। ਉਸ ਗੁੱਸੇ ਜਾ ਕੇ ਵੀ ਇੱਧਰ ਲੋਕਾਂ ਨੇ ਕੀਤਾ ਕੰਮ, ਪਹਿਲਾਂ ਇਹਦੇ ਕੋਈ ਵੱਢ ਤੁੱਕ ਨਹੀਂ, ਫਿਰ ਸ਼ੁਰੂ ਕੀਤੇ ਆ। ਸਾਡੇ ਪਿੰਡ ਦੇ ਜਿੱਦਾਂ ਬਾਂਸੀਆਂ ਗਏ ਹੋਣੇ ਇੱਕ ਤਾਂ, ਹਾਂ ਕਾਫੀ ਪਿੰਡ ਇਕੱਠੇ ਹੋ ਜਾਂਦੇ ਹੁੰਦੇ ਸੀ, ਲੋਹੀਆਂ ਦਸ ਦਸ ਪੰਡ ਮੁੰਡੇ ਤਕੜੇ ਤਕੜੇ ਜਾਣਾ, ਉੱਧਰੋਂ ਚਲ ਜਾਣਾ ਇਕੱਠੇ ਹੋ ਕੇ, ਕਾਫਲਾ ਬਣ ਕੇ ਜਾਂਦਾ ਸੀ, ਅਗਲੇ ਹੱਲਾ ਬੋਲਣਾ ਮੂਹਰੇ ਇਕੱਠੇ ਘੇਰਾ ਪਾਉਣਾ। ਅੱਛਾ ਕਿਹੜੇ ਕਿਹੜੇ ਪਿੰਡ 'ਚ ਘੇਰਾ ਪਾਇਆ? ਇੱਥੇ ਬਾਂਸੀਆਂ, ਇੱਧਰ ਨਿੱਕੇ ਨਿੱਕੇ ਪਿੰਡ ਸੀਗੇ, ਅਮੀਆਂ ਤੋਹਫਾ, ਅੰਬਗੜ੍ਹ, ਇਹ ਨਿੱਕੇ ਨਿੱਕੇ ਪਿੰਡ ਮੁਸਲਿਆਂ ਦੇ। ਇਹਨਾਂ ਪਿੰਡਾਂ ਦੇ ਮਾੜਿਆਂ 'ਤੇ ਅਸਰ ਰੱਖਣਾ, ਧੋੜੀਆਂ ਕਿਸੇ ਨੇ ਮੂੰਹ ਨਹੀਂ ਕੀਤਾ, ਤਗੜੇ ਸੀ ਤਗੜੇ ਸੀ, ਸਾਰੇ ਅਸਲੇ ਸੀ ਕੋਲ ਉਹਨਾਂ ਦੇ। ਅਤੇ ਧੋੜੀ ਪਾਪੜਾ ਵਾਲੀ ਸੀ, ਲਾਂਬੇ ਕਰਮ ਸਕਦੀ, ਰਾਪੁਰ, ਬੱਲਾਂ, ਜੰਡੂ ਸਿੰਘ ਆ, ਬਿਆਸ ਪਿੰਡ, ਇਹਨਾਂ ਦੇ ਕਿਤੇ ਧੂੜੀ ਵੀ ਨਹੀਂ ਹਿੱਲੀ, ਜੱਚਦੇ ਸੀ। ਅੱਛਾ ਅੱਛਾ ਅੱਛਾ, ਜਾਣੀ ਮੈਨੂੰ ਪਤਾ ਵੀ ਇਹ ਹਿੱਲੇ ਤਾਂ ਇਹ ਨਹੀਂ ਪਿੰਡਾਂ ਨੇ ਸਾਨੂੰ ਤੰਗ ਕਰਨਾ। ਬਿਆਸ ਪਿੰਡ ਦੇ ਵੀ ਬਹੁਤ ਸਰਗਰਮ ਰਹੇ ਆ? ਹਾਂਜੀ ਬਹੁਤ 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 ਬਹੁਤ। ਬਾਂਸੀਆਂ ਵੀ ਆਏ ਹੋ? ਹਾਂਜੀ ਹਾਂਜੀ, ਉਹ ਬੰਦੇ ਬਿਆਸ ਪਿੰਡ ਦੇ, ਜੰਡੂ ਸਿੰਘ ਰਾਪੁਰ ਦੇ, ਇਹਨਾਂ ਬਾਅਦ ਥੋੜ੍ਹਾ ਥੋੜ੍ਹਾ ਬੈਲਾ ਬੈਲਾ ਫੌਜੀ ਤੌਰ 'ਤੇ ਅਸਲੀ ਵੀ ਸੀਗੇ, ਕੋਈ ਫੜ ਬਣਾਉਟੀ ਨਾ ਸੀ, ਪੱਕੇ ਅਸਲੇ ਸੀ, ਇਸ ਤੋਂ ਵੀ ਜੱਜਦੇ ਸੀ। ਤੁਹਾਡੇ ਪਿੰਡ 'ਚ ਕੋਈ ਕਤਲ ਨਹੀਂ ਹੋਇਆ? ਨਹੀਂ ਸਾਡੇ ਪਿੰਡ 'ਚ ਕੋਈ, ਸਾਡੇ ਜਿਹੜੇ ਸਹੀ ਪੁੱਛੋ ਮੁਸਲਮਾਨ ਨੂੰ ਕਿਸੇ ਨੇ ਕੋਈ ਵੀ ਨਹੀਂ ਕਿਹਾ। ਆਪਣਾ ਸਮਾਨ ਵਗੈਰਾ ਵੀ ਉਹਨਾਂ ਦਾ ਸਮਾਨ, ਉਹਦਾ ਮਾੜਾ ਮਾੜਾ ਸਮਾਨ ਸੀ, ਇੱਕ ਦੋ ਘਰੀ ਸੁਣਦੇ ਆ ਦਿੱਤਾ, ਅਤੇ ਨਾ ਉਹ ਲੈਣ ਆਇਆ ਤਾਂ ਲੈ ਨਹੀਂ ਦਿੱਤਾ। ਚਲੋ ਇਹਨਾਂ ਦਾ ਮੈਂ ਨੁਕਸਾਨ ਕੋਈ ਵਫਾ ਨਹੀਂ ਕੀਤਾ। ਜਿਹੜੇ ਪਰਿਵਾਰ ਰਹਿ ਗਏ ਉਹ ਕਿਸ ਤਰ੍ਹਾਂ ਰਹਿ ਗਏ? ਉਹਨਾਂ ਨੇ ਜਾਣ ਦੀ ਕੋਸ਼ਿਸ਼ ਕੀਤੀ, ਤੁਸੀਂ ਰੋਕੇ ਜਾਂ ਆਪ ਹੀ ਰੋਕੇ? ਨਹੀਂ ਉਹਦਾ ਆਪਣੇ ਆਪ ਹੀ ਉਹਨੇ ਇੱਥੇ ਕਹਿ ਦਿੱਤਾ ਵੀ ਅਸੀਂ ਨਹੀਂ ਜਾਣਾ, ਚਾਹੇ ਮਾਰ ਦਿਓ ਚਾਹੇ ਰੱਖ ਲਓ, ਕਿਸੇ ਨੇ ਹੱਥ ਹੀ ਨਹੀਂ ਚੱਕਿਆ। ਅੱਛਾ ਅੱਛਾ, ਦੱਸ ਸਾਹਿਬ ਉਹਨੇ ਕਿਹਾ ਅਸੀਂ ਜਾਣਾ ਹੀ ਨਹੀਂ। ਉਹਨਾਂ ਨੂੰ ਕੋਈ ਸਿੱਖ ਜਾਂ ਹਿੰਦੂ ਤਾਂ ਨਹੀਂ ਬਣਾਇਆ? ਨਹੀਂ ਨਹੀਂ, ਕੋਈ ਕੋਈ ਨਹੀਂ, ਕੁਛ ਨਹੀਂ ਕਿਹਾ, ਕੋਈ ਵਾਸਤਾ ਮੈਨੇ ਹਾਲੇ ਤੱਕ ਵੀ ਇੱਦਾਂ ਕੰਮ ਚੱਲਦੀ ਆ। ਫਿਰ ਜੇ ਕੁਦਰਤੀ ਚਲੇ ਵੀ ਗਏ ਨਾ, ਇੱਥੇ ਨੂਰਪੁਰ ਕੈਂਪ ਸੀ, ਇੱਥੇ ਵੱਢੇ ਟੁੱਕੇ ਹਮਲਾ ਹੋ ਗਿਆ, ਇੱਥੇ ਦੀਆਂ ਕੁੜੀਆਂ ਫਿਰ ਲੁੱਟ ਖੋ ਤੋਂ ਨੱਠ ਕੇ ਮਰ ਗਏ, ਫਿਰ ਲੱਗਣੀ ਪੈਂਦੀ ਲਿੱਦਣੀ, ਦੋ ਪਤਾ ਲੱਗਾ ਵੀ ਰਾਪੁਰ ਦੀਆਂ ਮੁਸਲਮਾਨ ਦੀਆਂ ਕੁੜੀ ਇੱਥੇ, ਇੱਥੋਂ ਵੀ ਜਾ ਕੇ ਬੰਦੇ ਤਕੜੇ ਤਕੜੇ ਉਹਨੂੰ ਇੱਥੇ ਗਏ। ਅੱਛਾ, ਤੁਹਾਡੇ ਪਿੰਡ ਦੀਆਂ ਕੁੜੀਆਂ? ਹਾਂ ਮੁਸਲਮਾਨ ਨੂਰਪੁਰ ਕੈਂਪ ਤੋਂ ਚੁੱਕੀਆਂ ਗਈਆਂ। ਹਾਂ, ਅਤੇ ਤੁਹਾਡੇ ਪਿੰਡ ਦੇ ਬੰਦਿਆਂ ਨੇ ਇਹ ਸੋਚਿਆ ਵੀ ਸਾਡੇ ਪਿੰਡ ਦੀਆਂ ਕੁੜੀਆਂ ਲੈ ਗਏ ਲਿੱਦਣਾ ਤੋਂ? ਲਿੱਦਣਾ ਇੱਥੇ ਲੈਣੀਆਂ, ਫਿਰ ਬਲੂਚ ਮੈਟਰੀ ਉਹਨਾਂ ਨੇ ਫਿਰਦੀ ਪਿੰਡਾਂ 'ਚ, ਫਿਰ ਉਹਨਾਂ ਨੇ ਹਵਾਲੇ ਕੀਤੀਆਂ ਅਤੇ ਉਹਨੇ ਪਾਕਿਸਤਾਨ ਪੜਾਈਆਂ। ਉਹ ਸੱਦ ਕੇ ਤੁਹਾਡੇ ਪਿੰਡ ਦੇ ਜੀ, ਬਹੁਤ ਵਧੀਆ। ਇਹ ਮੈਂ ਚੇਤਾ ਨਾ ਖੂਬਸੂਰਤ ਹੋਈ, ਇਹ ਮੰਨਿਆ ਕੱਲ੍ਹ ਯਾਰ ਇੱਥੇ ਹੀ ਇੱਦਾਂ ਹੋਈ, ਆਪਣੀਆਂ ਕੁੜੀਆਂ ਉੱਥੇ ਆ, ਦੋਨੋਂ ਕੁੜੀਆਂ ਸੀ, ਉਹ ਵੀ ਇੱਥੇ ਲਿਆ ਕੇ ਬਲੂਚ ਮੈਟਰੀ ਆਪਣੀ ਉੱਧਰ ਫਿਰਦੀ ਇੱਥੇ ਫਿਰਦੀ, ਉਹਨੇ ਫਿਰ ਇਕੱਠੀਆਂ ਕਰਕੇ ਫਿਰ ਉਹਨੇ ਉੱਧਰ ਵੜੀਆਂ। ਜਿਹੜੇ ਤੁਹਾਡੇ ਪਿੰਡ ਰਹਿ ਗਏ ਸੀ ਇਹਨਾਂ ਨੂੰ ਤਾਂ ਨਹੀਂ ਮਿਲਟਰੀ ਲੈਣ ਆਈ? ਨਹੀਂ, ਉਹ ਕਹਿੰਦੇ ਜਾਣਾ, ਕਹਿੰਦੇ ਅਸੀਂ ਜਾਣਾ ਹੀ ਨਹੀਂ। ਜਿਹੜੇ ਇੱਥੇ ਰਹਿ ਗਏ ਬਜ਼ੁਰਗਾਂ ਦੇ ਕੀ ਨਾਂ ਸੀ? ਨਵੀਆ ਸੀ, ਇੱਕ ਮਹਿੰਗਾ ਸੀ, ਇੱਕ ਦੱਸਦੇ ਮਰਾਸੀ ਫੈਮਿਲੀ ਸੀ, ਮਰਾਸੀ ਉਹ ਮਹਿੰਗਾ ਮਹਿੰਗੇ ਦੇ ਮਹਿੰਗਾ, ਉਹਨੇ ਕਾਫੀ ਗਾਉਂਦਾ ਰਿਹਾ ਫਿਰ ਕੋਈ? ਹਾਂਜੀ, ਕਾਫੀ ਉਸ ਹਿਸਾਬ ਰਹੇ ਆ। ਨਵੀਏ ਦਾ ਟੱਬਰ ਵੀ ਹੁਣ ਤਾਂ ਬਾਬਾ, ਉਹ ਵੀ ਇੱਥੇ ਰਹਿ ਟਿਕੇ ਆ। ਹੁਣ ਕੀ ਹਾਲਾਤ ਨੇ ਜੀ ਉਹਨਾਂ ਦੇ? ਬਹੁਤ ਵਧੀਆ, ਬਹੁਤ ਵਧੀਆ। ਇਹਦੇ ਮਰਾਸੀਆਂ ਦੇ 6-7 ਮੁੰਡੇ ਆ, ਅਗਾਂਹ ਪਰਿਵਾਰ ਕਈ ਘਰ ਬਣੋ ਆ ਜੀ ਜੀ ਜੀ, ਉਹਨੇ ਆਪਣੇ ਕੰਮ ਕਾਰੋਬਾਰ ਕਰਦੇ, ਕੋਈ ਕੋਈ ਦਾ ਇੱਕ ਮੁੰਡਾ ਬਾਜਾ ਬਹੁਤ ਸੋਹਣਾ ਵਜਾਉਂਦਾ। ਤੁਹਾਡੇ ਨਾਲ ਪੂਰਾ ਸਾਰਿਆਂ ਨਾਲ ਪਿਆਰ ਹੈ ਉਹਨਾਂ? ਬਹੁਤ ਸਾਰੀ ਬੋਲ ਚਾਲ, ਆਉਣੀ ਜਾਣੀ ਰਹਿਣੀ ਪੈਣੀ ਸਾਰੀ। ਠੀਕ ਠੀਕ ਠੀਕ, ਕੋਈ ਇਹਨੇ ਦਾ ਬਾਸ ਮੈਨੂੰ ਦਿੱਕਤ ਆਈ ਨਹੀਂ ਨਾ, ਕੋਈ ਵੀ ਜਿਹੜਾ ਟਿਕ ਗਿਆ ਨਾ ਆਪਣੇ ਹੀ ਪਿੰਡ ਬਾਅਦ ਉੱਦਾਂ ਰਹੇ ਆ, ਕੋਈ ਫਰਕ ਨਹੀਂ ਵੀ ਇਹ ਮੁਸਲਮਾਨ ਆ, ਉਹਨਾਂ ਚਾਚੇ ਨੇ ਹਿੰਦੂ ਆ, ਜੇ ਇਹਦਾ ਪਲਾ ਹੋਵੇ ਤਾਂ ਬੰਦਾ ਰਹਿ ਹੀ ਨਹੀਂ ਸਕਦਾ।
ਠੀਕ ਠੀਕ ਹੋਰ ਕੋਈ ਪੁਰਾਣੀ ਗੱਲ ਠੀਕ ਹੈ ਪੁਰਾਣੀ ਯਾਦ ਠੀਕ ਆ ਹੁਣ ਪੁਰਾਣੀਆਂ ਵੀ ਜਿੱਦਾਂ ਕੋਈ ਗੁੱਸੇ ਜਾਂ ਗਿੱਲੇ ਕਰ ਹੋਣੀ ਤਾਂ ਫਾਇਦਾ ਕੋਈ ਨਹੀਂ ਠੀਕ ਹੈ ਨਾ ਠੀਕ ਹੈ ਜੀ ਜਿਹੜੀ ਖਈ ਹਾਲਾਤ ਪੁੱਛੀ ਆ ਵਾਤਾਵਰਨ ਆ ਚੱਲਦਾ ਰਿਹਾ ਹੋਇਆ ਠੀਕ ਹੈ ਜੀ ਚਲੋ ਬਿਲਕੁਲ ਸਹੀ ਹੁਣ ਇਹ ਬੜੀ ਦਇਆ ਮਹਾਰਾਜ ਦੀ ਸਾਰੇ ਰਲ ਮਿਲ ਕੇ ਕੰਮ ਕਰਦੇ ਹੋਈ ਵੀ ਜਾਂਦੇ ਆ ਬਹੁਤ ਵਧੀਆ ਬਹੁਤ ਵਧੀਆ ਚਲੋ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।